ਸੀਬੀਆਈ ਕਾਲਜ ਦੇ ਵਿੱਚ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਜਿਹੜਾ ਕੋਰਸ ਆ ਉਸ ਦੇ ਨਾਲ ਰਿਲੇਟਡ ਬਹੁਤ ਸਾਰੇ ਆ ਰਹੇ ਸੀ ਕਮੈਂਟ ਕਿ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਉੱਤੇ ਬਣਾਇਆ ਜਾਵੇ ਵਲੌਗ। ਸੋ ਲਓ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਦੇ ਹਾਂ ਕਿ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਵਿੱਚ, ਕੀ ਸਕੋਪ ਨੇ ਤੇ ਕੀ ਇਹ ਕੋਰਸ ਲੈਣਾ ਚਾਹੀਦਾ ਹੈ ਤੇ ਕੀ ਬੈਨੀਫਿਟਸ ਹੋਣਗੇ, ਉਸ ਲਈ ਦੇਖੋ ਜੀ ਅੱਜ ਦੀ ਇਹ ਵੀਡੀਓ। ਚੈੱਕ ਮੈਂ ਹਾਂ ਜੌਨੀ ਹੰਸ ਤੇ ਥੈਂਕ ਯੂ ਸੋ ਮੱਚ ਸਾਡੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ। ਤੇ ਜੇ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤੇ ਹੁਣੇ ਸਬਸਕ੍ਰਾਈਬ ਕਰ ਲਓ ਜੀ ਯੂਟਿਊਬ ਚੈਨਲ ਨੂੰ, ਕਿਉਂਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਮਿਲ ਜਾਣੀਆਂ। ਉਸ ਦੇ ਨਾਲ ਨਾਲ ਸਬਸਕ੍ਰਾਈਬ ਤੁਸੀਂ ਕਰ ਸਕਦੇ ਯੂਟਿਊਬ ਚੈਨਲ ਨੂੰ ਤੇ ਨਾਲ ਹਿੱਟ ਕਰੋ ਜੀ ਤੁਸੀਂ ਬੈਲ ਬਟਨ, ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀਆਂ ਰਹਿਣ, ਕਿਉਂਕਿ ਅਸੀਂ ਪੰਜਾਬੀ ਸ਼ਾਇਰੀ ਤੇ ਉਸ ਦੇ ਨਾਲ ਨਾਲ ਸਪੋਕਨ ਵਰਡ ਵੀਡੀਓਜ਼ ਵੀ ਕਰਦੇ ਹਾਂ ਤੇ ਟਰੱਕਾਂ ਵਾਲੇ ਅਲੱਗ ਸੀਰੀਜ਼ ਜੇ ਤੁਸੀਂ ਟਰੱਕਿੰਗ ਫੀਲਡ ਦੇ ਵਿੱਚ ਕੰਮ ਲੱਭ ਰਹੇ ਹੋ ਉਸ ਦੇ ਨਾਲ ਰਿਲੇਟਡ ਵੀ ਅਸੀਂ ਕਰ ਰਹੇ ਹਾਂ ਵੀਡੀਓਜ਼। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਵਿੱਚ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੀ, ਕਿ ਪ੍ਰੋਗਰਾਮ ਆ, ਕੀ ਰਿਕੁਆਇਰਮੈਂਟਸ ਨੇ, ਪੀਆਰ ਦਾ ਸਕੋਪ ਕੀ ਆ ਤੇ ਹੋਰ ਬਾਕੀ ਸਾਰੀਆਂ ਚੀਜ਼ਾਂ। ਸਭ ਤੋਂ ਪਹਿਲਾਂ ਦੇਖਿਆ ਜਾਵੇ ਕਿ ਸੀਬੀਆਈ ਕਾਲਜ ਦੇ ਕੋਲ ਆ ਤੇ ਐਮ ਕਾਲਜ ਦੇ ਕੋਲ ਵੀ ਆ ਇਹ ਪ੍ਰੋਗਰਾਮ ਚਾਈਲਡਹੁੱਡ ਐਜੂਕੇਸ਼ਨ ਦਾ। ਇਹ ਆ ਜੀ ਇੱਕ ਇਹੋ ਜਿਹਾ ਡਿਪਲੋਮਾ ਆ ਜਿਹੜੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ, ਯਾਨੀ ਜਿਹੜੇ ਯੂਨੋ ਲੋਅਰ ਲੈਵਲ ਦੇ ਬਿਗਨਰ ਬੱਚੇ ਹੁੰਦੇ ਨੇ ਕਿੰਡਰਗਾਰਟਨ ਦੇ ਵਿੱਚ, ਉਸਦੇ ਨਾਲ ਨਾਲ ਜਾਂ ਫਿਰ ਸਕੂਲ ਦੇ ਵਿੱਚ, ਉਹਨਾਂ ਦੀ ਐਜੂਕੇਸ਼ਨ ਨਾਲ ਰਿਲੇਟਡ ਇਹ ਪ੍ਰੋਗਰਾਮ ਹੁੰਦਾ ਹੈ। ਤੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਨੂੰ ਲੈਣ ਦੇ ਲਈ ਰਿਕੁਆਇਰਮੈਂਟ ਕੀ ਆ, ਇੱਕ ਹੋਰ ਚੀਜ਼ ਮੈਂ ਪਹਿਲਾਂ ਮੈਂਸ਼ਨ ਕਰਨਾ ਚਾਹੂੰਗਾ ਕਿ ਯਾਰ ਇਹ ਪ੍ਰੋਗਰਾਮ ਸਿਰਫ ਕੁੜੀਆਂ ਦੇ ਲਈ ਨਹੀਂ ਆ, ਯਾਨੀ ਮੁੰਡੇ ਵੀ ਚਾਈਲਡਹੁੱਡ ਐਜੂਕੇਸ਼ਨ ਲੈ ਸਕਦੇ ਨੇ, ਬਟ ਇਹ ਗੱਲ ਸੱਚੀ ਆ ਕਿ ਇਸ ਦੇ ਵਿੱਚ ਬੱਚਿਆਂ ਦੀ ਕੇਅਰ, ਅੰਡਰਸਟੈਂਡਿੰਗ, ਸਾਈਕੋਲੋਜੀ ਡਿਵੈਲਪਮੈਂਟ, ਉਹਨਾਂ ਸਾਰੀਆਂ ਚੀਜ਼ਾਂ ਤੇ ਧਿਆਨ ਦੇਣਾ ਪੈਂਦਾ ਹੈ। ਸੋ ਜ਼ਿਆਦਾਤਰ ਇਹਨਾਂ ਚੀਜ਼ਾਂ ਵਿੱਚ ਕੁੜੀਆਂ ਐਕਸਪਰਟ ਹੁੰਦੀਆਂ ਨੇ, ਪਰ ਇੱਕ ਅੱਛਾ ਪ੍ਰੋਗਰਾਮ ਆ ਕਿਊਬਿਕ ਦੇ ਵਿੱਚ ਜਿਸ ਦੀ ਰਿਕੁਆਇਰਮੈਂਟ ਵੀ ਅੱਛੀ ਆ, ਪੁਆਇੰਟਸ ਵੀ ਵਧੀਆ ਨੇ, ਪਰ ਉਸ ਦੇ ਨਾਲ ਨਾਲ ਤੁਹਾਨੂੰ ਇੱਕ ਨਵੀਂ ਸਕਿੱਲ ਸਿੱਖਣ ਨੂੰ ਵੀ ਮਿਲ ਸਕਦੀ ਆ, ਕਿਉਂਕਿ ਮੌਂਟਰੀਅਲ ਦੇ ਵਿੱਚ ਤੁਹਾਡੇ ਹੀ ਜਿਹੜੇ ਫੀਲਡ 'ਚ ਤੁਸੀਂ ਪੜ੍ਹਾਈ ਕੀਤੀ ਆ, ਜ਼ਰੂਰੀ ਨਹੀਂ ਕਿ ਉਸੇ ਫੀਲਡ 'ਚ ਕੰਮ ਵੀ ਕਰਨਾ ਹੈ, ਕਿਉਂਕਿ ਪੀਆਰ ਤੁਹਾਡੀ ਉਸ ਤੋਂ ਬਿਨਾਂ ਵੀ ਹੋ ਜਾਣੀ ਹੈ। ਸੋ ਉਹ ਇੰਨਾ ਜ਼ਿਆਦਾ ਉਸ ਚੀਜ਼ ਦੇ ਉੱਤੇ ਮੈਟਰ ਨਹੀਂ ਕਰਦਾ। ਸਭ ਤੋਂ ਪਹਿਲਾਂ ਦੇਖਿਆ ਜਾਵੇ ਕਿ ਇਹਦੇ ਵਿੱਚ ਰੋਲਸ ਐਂਡ ਰਿਸਪੋਂਸਿਬਿਲਿਟੀਜ਼ ਕੀ ਹੁੰਦੇ ਨੇ। ਇਹ ਜਿਹੜਾ ਡਿਪਲੋਮਾ ਆ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ, ਇਹ ਕਵਰ ਕਰਦਾ ਹੈ ਜੀ ਕਿ ਚਾਈਲਡ ਡਿਵੈਲਪਮੈਂਟ, ਰਿਲੇਸ਼ਨਸ਼ਿਪ, ਅੰਡਰਸਟੈਂਡਿੰਗ ਚਾਈਲਡ ਸਾਈਕੋਲੋਜੀ, ਐਕਟੀਵਿਟੀਜ਼ ਉਹਨਾਂ ਦੇ ਲੈਸਨ ਪਲਾਨ ਬਣਾਉਣੇ ਜਿੱਦਾਂ ਸਕੂਲ ਦੇ ਵਿੱਚ ਸਿਖਾਏ ਜਾਂਦੇ ਨੇ, ਐਕਸਪ੍ਰੈਸਿਵ ਆਰਟਸ, ਹੈਲਥ ਐਂਡ ਸੇਫਟੀ, ਇਹਦੇ ਵਿੱਚ CPR ਦੀ ਟ੍ਰੇਨਿੰਗ ਤੁਹਾਡੀ ਹੁੰਦੀ ਆ ਕਿ ਫਸਟ ਏਡ ਜੇ ਕਿਸੇ ਨਿਆਣੇ ਨੂੰ ਦੇਣੀ ਪਵੇ ਤੇ ਤੁਸੀਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਆ, ਤੇ ਉਸਦੇ ਨਾਲ ਨਾਲ ਜਿੱਦਾਂ ਬੱਚਿਆਂ ਦਾ ਕੌਨਫੀਡੈਂਸ ਬਿਲਡਿੰਗ, ਐਸਟੀਮ ਬਿਲਡਿੰਗ ਛੋਟੇ ਬੱਚਿਆਂ ਦੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਂਦਾ ਇਸ ਪੂਰੇ ਪ੍ਰੋਗਰਾਮ ਦੇ ਵਿੱਚ। ਅਫਕੋਰਸ ਇਹਦੇ ਵਿੱਚ ਇੰਟਰਪਰਸਨਲ ਕਮਿਊਨੀਕੇਸ਼ਨ, ਆਰਗਨਾਈਜੇਸ਼ਨਲ ਸਕਿੱਲਸ, ਸਟ੍ਰੈਸ, ਟਾਈਮ ਮੈਨੇਜਮੈਂਟ, ਮੈਨੇਜਮੈਂਟ ਸਕਿੱਲਸ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਿਖਾਈਆਂ ਜਾਂਦੀਆਂ ਇਸ ਪੂਰੇ ਪ੍ਰੋਗਰਾਮ ਦੇ ਦੌਰਾਨ। ਇਹ ਆਲਮੋਸਟ 2 ਈਅਰ ਦਾ ਪ੍ਰੋਗਰਾਮ ਆ, ਪਹਿਲਾਂ ਇਹ 16 ਮਹੀਨੇ ਦਾ ਹੀ ਪ੍ਰੋਗਰਾਮ ਸੀਗਾ, ਪਰ ਮੇਰੇ ਖਿਆਲ ਨਾਲ ਕਾਫੀ ਜ਼ਿਆਦਾ ਕਾਲਜਿਸ ਨੇ ਇਹਨੂੰ ਵਧਾ ਕੇ 2 ਈਅਰ ਦਾ ਕਰ ਦਿੱਤਾ, ਇਹਦੀ ਇੰਟਰਨਸ਼ਿਪ ਪਾ ਕੇ, ਤਾਂ ਕਿ 2 ਈਅਰ ਦੀ ਜੇ ਤੁਹਾਡੀ ਸਟੱਡੀ ਹੁੰਦੀ ਆ ਤੇ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ 3 ਈਅਰ ਦੇ ਵਰਕ ਪਰਮਿਟ ਲਈ। ਜ਼ਿਆਦਾਤਰ ਕਾਲਜਿਸ ਜਿਹੜੇ ਮੌਂਟਰੀਅਲ ਦੇ ਵਿੱਚ ਹੁੰਦੇ ਨੇ ਉਹ ਤੁਹਾਨੂੰ ਵਰਕ ਪਰਮਿਟ ਲਈ ਸਪੋਰਟ ਕਰਦੇ ਨੇ, ਕਿਉਂਕਿ ਉਹ DLI ਅਪਰੂਵਡ ਹੁੰਦੇ ਨੇ, ਭਾਵੇਂ ਉਹ ਪ੍ਰਾਈਵੇਟ ਹੋਵੇ, ਭਾਵੇਂ ਉਹ ਯੂਨੋ ਗਵਰਨਮੈਂਟ ਕਾਲਜ ਹੋਵੇ, ਇਟ ਡਜ਼ਨਟ ਮੈਟਰ। ਤੁਸੀਂ ਬਾਕੀ ਜਦੋਂ ਵੀ ਕਿਸੇ ਤੋਂ ਵੀ ਕੋਈ ਕੋਰਸ ਲੈਂਦੇ ਹੋ, ਚਾਹੇ ਉਹ ਤੁਸੀਂ ਯੂਨੋ ਕੈਨੇਡਾ ਦੇ ਕਿਸੇ ਏਜੰਸੀ ਤੋਂ ਦੇ ਥਰੂ ਆ ਰਹੇ ਹੋ, ਜਾਂ ਤੁਸੀਂ ਡਾਇਰੈਕਟਲੀ ਕਾਲਜ ਦੇ ਥਰੂ ਆ ਰਹੇ ਹੋ, ਜਾਂ ਫਿਰ ਤੁਸੀਂ ਸਾਡੇ ਵਲੌਗਸ ਦੇ ਰਾਹੀਂ ਤੁਹਾਨੂੰ ਇੰਟਰਡਿਊਸ ਕੀਤਾ ਕਿਸੇ ਪ੍ਰੋਗਰਾਮ ਲਈ, ਉਸ ਪ੍ਰੋਗਰਾਮ ਨਾਲ ਰਿਲੇਟਡ ਪੂਰੀ ਰਿਸਰਚ ਜ਼ਰੂਰ ਕਰ ਲਓ। ਜਿਵੇਂ ਇਹ ਪ੍ਰੋਗਰਾਮ ਜਿਹੜਾ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਆ, ਇਹ ਤਕਰੀਬਨ ਇਹਦੀ ਜਿਹੜੀ ਟੋਟਲ ਟਿਊਸ਼ਨ ਫੀਸ ਆ ਉਹ 22,500 ਆ, ਮਤਲਬ ਰਫਲੀ। ਹੁਣ ਇਹ ਤੁਸੀਂ ਪਹਿਲਾਂ ਚੈੱਕ ਕਰ ਲਓ ਕਿ ਉਹਦੇ ਵਿੱਚ ਤੁਹਾਡੀ ਯੂਨੋ ਇੰਸ਼ੋਰੈਂਸ ਇਨਕਲੂਡਿਡ ਆ ਜਾਂ ਨਹੀਂ ਇਨਕਲੂਡਿਡ ਆ। ਸੋ ਇਹ ਕਾਫੀ ਇੰਪੋਰਟੈਂਟ ਆਸਪੈਕਟ ਆ ਜਿਹੜਾ ਦੇਖਣਾ ਚਾਹੀਦਾ ਆ। ਉਸਦੇ ਨਾਲ ਨਾਲ ਰਿਕੁਆਇਰਮੈਂਟਸ ਕੀ ਆ, 18 ਈਅਰਸ ਆਫ ਏਜ ਦਾ ਮਿਨੀਮਮ ਤੁਹਾਡੀ ਚਾਹੀਦੀ ਜਾਂ ਉਸ ਤੋਂ ਵੱਧ ਹੋਵੇ, ਹਾਈ ਸਕੂਲ ਦਾ ਡਿਪਲੋਮਾ ਯਾਨੀ 12th ਗ੍ਰੇਡ ਤੁਹਾਡੀ ਹੋਈ ਹੋਵੇ, ਉਸਦੇ ਨਾਲ ਜਿਹੜਾ ਆਇਲਸ ਦਾ ਸਕੋਰ ਆ, ਜ਼ਿਆਦਾਤਰ ਕੇਸਿਸ ਦੇ ਵਿੱਚ ਯੂਨੋ 6 ਬੈਂਡ ਓਵਰਆਲ ਚਾਹੀਦੀ ਆ, ਮਿਨੀਮਮ 5.5 ਚਾਹੀਦੀ ਆ, ਬਟ ਇਟਸ ਬੈਟਰ ਕਿ ਜੇ ਤੁਹਾਡੇ 6 ਪੁਆਇੰਟ ਨੇ, ਉਸਦੇ ਨਾਲ ਤੁਹਾਡੀ ਜਿਹੜੀ ਵੀਜ਼ਾ ਰੇਟ ਆ ਉਹ ਕਾਫੀ ਇੰਪਰੂਵ ਹੋ ਜਾਂਦਾ ਹੈ। ਬਾਕੀ ਜਦੋਂ ਤੁਸੀਂ ਮੌਂਟਰੀਅਲ ਆ ਜਾਂਦੇ ਹੋ, ਜਿਵੇਂ ਪਹਿਲਾਂ ਦੱਸਿਆ, ਯੂ ਹੈਵ ਆਲ ਫਰੀਡਮ ਕਿ ਜੇ ਤੁਹਾਨੂੰ ਕੋਰਸ ਨਹੀਂ ਪਸੰਦ ਆਉਂਦਾ, ਕਾਲਜ ਨਹੀਂ ਪਸੰਦ ਆਉਂਦਾ, ਤੁਸੀਂ ਚੇਂਜ ਕਰ ਸਕਦੇ ਹੋ। ਆਈ ਐਮ ਸ਼ੋਰ ਏਜੰਟ ਤੁਹਾਨੂੰ ਬੜਾ ਕੁਛ ਕਹਿੰਦੇ ਹੋਣਗੇ, ਬਾਕੀ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ। ਜਦੋਂ ਤੁਸੀਂ ਆ ਗਏ ਕੰਟਰੀ 'ਚ, ਯੂ ਵਿਲ ਗੋ ਬਾਏ ਰੂਲਸ ਆਫ ਦੀ ਲੈਂਡ, ਯੂ ਵਿਲ ਗੋ ਬਾਏ ਦਾ ਰੂਲਸ ਆਫ ਦੀ ਐਜੂਕੇਸ਼ਨ ਸਿਸਟਮ, ਤੁਸੀਂ ਉਸ ਹਿਸਾਬ ਨਾਲ ਚੱਲਣਾ ਜੋ ਕੈਨੇਡਾ ਦੇ ਰੂਲਸ ਨੇ, ਨਾ ਕਿ ਤੁਹਾਡੇ ਏਜੰਟ ਨੇ ਜੋ ਤੁਹਾਨੂੰ ਕਿਹਾ ਆ।
ਠੀਕ ਹੈ ਜੀ, ਤੁਸੀਂ ਆਪਣੇ ਪੈਸੇ ਲਾ ਕੇ ਆਉਂਦੇ ਹੋ, ਤੁਹਾਨੂੰ ਪੂਰਾ ਹੱਕ ਆ ਕਿ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਰਾਦਰ ਦੈਨ ਯੂਨੋ ਕਿਸੇ ਗੱਲ ਤੋਂ ਡਰਨ ਦੀ। ਜੇ ਤੁਹਾਨੂੰ ਫਿਰ ਵੀ ਕੋਈ ਕੁਐਸਚਨ ਆ, ਕੋਈ ਕੁਐਰੀ ਆ, ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟਸ ਕਰ ਸਕਦੇ ਹੋ, ਸਾਡੀ ਕੋਸ਼ਿਸ਼ ਹੋਊਗੀ ਉਹਦਾ ਜਵਾਬ ਜ਼ਰੂਰ ਦੇਈਏ। ਉਸ ਦੇ ਨਾਲ ਨਾਲ ਅਸੀਂ ਵੈਬ ਡਿਵੈਲਪਮੈਂਟ ਅਤੇ ਵੈਬ ਡਿਜ਼ਾਇਨਿੰਗ ਦੇ ਉੱਤੇ CDI ਦਾ ਇੱਕ ਹੋਰ ਕੋਰਸ ਆ ਜਿਹੜਾ ਬਹੁਤ ਪਾਪੂਲਰ ਆ, ਉਹ ਹੈ ਜੀ ਵੈਬ ਡਿਜ਼ਾਇਨਿੰਗ ਐਂਡ ਡਿਵੈਲਪਮੈਂਟ। ਉਸ ਦੇ ਉੱਤੇ ਅਸੀਂ ਇੱਕ ਅਲੱਗ ਵੀਡੀਓ ਕੀਤੀ ਆ, ਉਹਦਾ ਕਾਰਡ ਅਸੀਂ ਉੱਪਰ ਦੇ ਰਹੇ ਹਾਂ, ਤੁਸੀਂ ਉਸ 'ਤੇ ਕਲਿੱਕ ਕਰਕੇ ਉਹ ਵੀਡੀਓ ਨੂੰ ਵੀ ਦੇਖ ਸਕਦੇ ਹੋ, ਜਾਂ ਫਿਰ ਉਸ ਵੀਡੀਓ ਦਾ ਜਿਹੜਾ YouTube ਦਾ ਲਿੰਕ ਆ ਉਹ ਡਿਸਕ੍ਰਿਪਸ਼ਨ 'ਚ ਦੇ ਦਿੰਦੇ ਹਾਂ, ਤਾਂ ਕਿ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਲਓ, ਫਿਰ ਕੰਪੇਅਰ ਕਰੋ ਕਿ ਜੇ CDI ਕਾਲਜ ਦੇ ਵਿੱਚ ਹੀ ਆਉਣਾ ਤਾਂ ਫਿਰ ਕਿਹੜਾ। ਇਸ ਦੇ ਨਾਲ ਨਾਲ ਹੋਰ ਕਾਲਜਸ ਵੀ ਨੇ ਜਿਹੜੇ ਆਪਸ਼ਨਸ ਦੇ ਰਹੇ ਨੇ ਚਾਈਲਡਹੁੱਡ ਐਜੂਕੇਸ਼ਨ ਦਾ, ਜਿਵੇਂ M ਕਾਲਜ ਆ, ਉਸਦੇ ਕੋਲ ਬਹੁਤ ਅੱਛੇ ਪ੍ਰੋਗਰਾਮਸ ਆ ਰਹੇ ਨੇ, ਪਲੱਸ ਉਹ ਤੁਹਾਨੂੰ 4 ਮੰਥਸ ਦੀ ਅਕੋਮੋਡੇਸ਼ਨ ਵੀ ਦੇ ਰਹੇ ਨੇ, ਫ੍ਰੀ ਜਿਮ ਦੇ ਰਹੇ ਨੇ, ਏਅਰਪੋਰਟ ਪਿਕਅਪ ਦੇ ਰਹੇ ਨੇ, ਹੋਰ ਵੀ ਬਹੁਤ ਸਾਰੇ ਆਪਸ਼ਨ ਦੇ ਰਹੇ ਨੇ M ਕਾਲਜ ਦੀ ਲੋਕੇਸ਼ਨ ਦਾ ਸਾਲ ਦੇ ਵਿੱਚ। ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਸਾਨੂੰ ਹਮੇਸ਼ਾ ਕੰਟੈਕਟ ਕਰ ਸਕਦੇ ਹੋ। ਅਤੇ ਉਸਦੇ ਨਾਲ ਨਾਲ ਦੱਸ ਦਈਏ ਕਿ ਇਸ ਤੋਂ ਇਸ ਕਾਲ ਜਿਹੜਾ ਤੁਸੀਂ ਕੋਰਸ ਕਰਦੇ ਹੋ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ, ਉਸ ਤੋਂ ਬਾਅਦ ਤੁਹਾਡੇ ਸਕੋਪ ਕੀ ਕੀ ਨੇ, ਉਸ ਤੋਂ ਬਾਅਦ ਤੁਸੀਂ ਕਿਸੇ ਵੀ ਯੂਨੋ ਜੇ ਤੁਸੀਂ ਪਹਿਲੀ ਗੱਲ ਤਾਂ ਤੁਹਾਨੂੰ ਨਾਲ ਨਾਲ ਫ੍ਰੈਂਚ ਕਰਨੀ ਪੈਣੀ ਆ, ਉਸ ਦੇ ਨਾਲ ਨਾਲ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਲੱਗ ਸਕਦੇ ਹੋ, ਜਿਹੜੇ ਬਿਗਨਰ ਸਕੂਲਸ ਹੁੰਦੇ ਨੇ ਉਹਨਾਂ ਵਿੱਚ ਲੱਗ ਸਕਦੇ ਹੋ, ਉਹਦੇ ਨਾਲ ਨਾਲ ਜਿਵੇਂ ਡੇ ਕੇਅਰਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਲੱਗ ਸਕਦੇ ਹੋ। ਬਾਕੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੋਂਟਰੀਅਲ ਦੇ ਵਿੱਚ ਜੇ ਤੁਸੀਂ ਪੜ੍ਹਾਈ ਕਰਦੇ ਹੋ, ਜ਼ਰੂਰੀ ਨਹੀਂ ਕਿ ਤੁਸੀਂ ਉਸੇ ਫੀਲਡ 'ਚ ਕੰਮ ਕਰਨਾ, ਕਿਸੇ ਹੋਰ ਫੀਲਡ 'ਚ ਵੀ ਕੰਮ ਕਰ ਸਕਦੇ ਹੋ, ਫਿਰ ਵੀ ਤੁਹਾਡੀ PR ਹੋ ਜਾਣੀ। ਬਸ ਇਹ ਆ ਟਾਈਮ ਨਹੀਂ ਖਰਾਬ ਕਰਨਾ, ਜਦੋਂ ਤੁਹਾਡੀ ਪੜ੍ਹਾਈ ਸ਼ੁਰੂ ਹੁੰਦੀ ਨਾਲ ਹੀ ਤੁਸੀਂ ਆਪਣੀ ਫ੍ਰੈਂਚ ਕਰਨੀ ਸ਼ੁਰੂ ਕਰ ਦਿਓ। ਦੋ ਫਾਇਦੇ ਨੇ ਉਹਦੇ, ਇੱਕ ਤਾਂ ਤੁਹਾਨੂੰ ਪੈਸੇ ਨਾਲ ਨਾਲ ਮਿਲਦੇ ਰਹਿਣਗੇ, ਅਤੇ ਦੂਜਾ ਫਾਇਦਾ ਇਹ ਆ ਕਿ ਤੁਹਾਡੀ PR ਲਈ ਤੁਹਾਡੇ ਪੁਆਇੰਟਸ ਜਿਹੜੇ ਬਹੁਤ ਹਾਈ ਹੋ ਜਾਂਦੇ ਨੇ, PR ਇੱਦਾਂ ਹੋ ਜਾਂਦੀ ਆ। ਸੋ ਇਹ ਤੁਹਾਡੇ ਦੋਵੇਂ ਦੁੱਖ ਦੂਰ ਹੋ ਜਾਂਦੇ ਨੇ ਜੇ ਤੁਸੀਂ ਨਾਲ ਨਾਲ ਫ੍ਰੈਂਚ ਕਰਦੇ ਹੋ। ਫ੍ਰੈਂਚ ਦੀ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉਹਦੇ ਪੇਮੈਂਟ ਕਿੱਦਾਂ ਤੁਹਾਨੂੰ ਹੁੰਦੀ ਆ, ਜਾਂ ਕੀ ਆਪਸ਼ਨਸ ਨੇ, ਉਹਦੇ ਲਈ ਅਸੀਂ ਅਲੱਗ ਵੀਡੀਓ ਕੀਤੀ, ਉਹਦਾ ਕਾਰਡ ਵੀ ਅਸੀਂ ਉੱਪਰ ਦੇ ਦਿੰਦੇ ਹਾਂ ਇਸ ਵੀਡੀਓ 'ਤੇ। ਹੁਣੀ ਜੇ ਤੁਸੀਂ ਕਲਿੱਕ ਕਰਦੇ ਹੋ, ਉੱਪਰ ਦਾ ਕਾਰਡ ਆ ਫ੍ਰੈਂਚ ਦੇ ਉੱਤੇ, ਜਿਹੜੀ ਅਸੀਂ ਵੀਡੀਓ ਕੀਤੀ ਆ ਡਿਸਕ੍ਰਿਪਸ਼ਨ 'ਚ ਅਸੀਂ ਲਿੰਕ ਵੀ ਸ਼ੇਅਰ ਕਰ ਦਿੰਦੇ ਹਾਂ। ਬਾਕੀ ਜੇ ਤੁਹਾਨੂੰ ਮੋਂਟਰੀਅਲ ਦੇ ਵਿੱਚ ਕਿਸੇ ਵੀ ਕਾਲਜ, ਕਿਸੇ ਵੀ ਕੋਰਸ ਦੇ ਵਿੱਚ ਐਡਮਿਸ਼ਨ ਚਾਹੀਦੀ ਆ, ਅਤੇ ਤੁਹਾਨੂੰ ਅਸੀਂ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ, ਉਹ ਫਾਰਮ ਫਿਲ ਕਰ ਲਓ ਅਤੇ ਸਾਡੀ ਟੀਮ ਤੁਹਾਨੂੰ ਕੰਟੈਕਟ ਕਰ ਲੇਗੀ। ਬਾਕੀ ਕੋਸ਼ਿਸ਼ ਹੋਵੇਗੀ ਕਿ ਅਸੀਂ ਆਪਣੀਆਂ ਵੀਡੀਓਜ਼ ਨੂੰ ਹੋਰ ਇੰਪਰੂਵ ਕਰੀਏ। ਹੋਰ ਤੁਹਾਡੇ ਕੀ ਸੁਜੈਸ਼ਨ ਨੇ, ਫੀਲ ਫ੍ਰੀ ਸਾਨੂੰ ਦੱਸੋ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਨਕੋਰਪੋਰੇਟ ਕਰਨ ਦੀ ਆਪਣੀਆਂ ਵੀਡੀਓਜ਼ ਦੇ ਵਿੱਚ। ਅਤੇ ਕਮੈਂਟਸ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਵੀਡੀਓਜ਼ ਨੂੰ, ਕੋਈ ਸੁਜੈਸ਼ਨ ਆ, ਸਾਡੇ ਸੋਸ਼ਲ ਮੀਡੀਆ ਦੇ ਲਿੰਕਸ ਦਿੱਤੇ ਹੋਏ ਨੇ ਉਹਨਾਂ 'ਤੇ ਕੰਟੈਕਟ ਕਰ ਸਕਦੇ ਹੋ। ਸੋ ਜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ, ਫਿਰ ਤੋਂ ਇੱਕ ਵਾਰ ਸਬਸਕ੍ਰਾਈਬ ਕਰੋ ਇਸ ਯੂਟਿਊਬ ਚੈਨਲ ਨੂੰ, ਹਿੱਟ ਕਰੋ ਬੈਲ ਬਟਨ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ। ਅਤੇ ਇਸੇ ਨਾਲ ਫਿਲਹਾਲ ਮੈਂ ਜੌਨੀ ਹੰਸ ਲੈਣਾ ਇਜਾਜ਼ਤ, ਹੱਸਦੇ ਮੁਸਕਰਾਉਂਦੇ ਰਹੋ ਜੀ, ਰੱਬ ਰੱਖ।